ਅਸਲਾਮ ਅਲੈਕੁਮ, ਕੀ ਹਾਲ ਚਾਲ ਜੇ? ਉਮੀਦ ਹੈ ਤੁਸੀਂ ਸਭ ਖੈਰਤ ਨਾਲ ਹੋਗੇ। ਅੱਲਾ ਪਾਕ ਖੁਸ਼ ਰੱਖੇ, ਆਬਾਦ ਰੱਖੇ ਆਪਣੇ ਘਰਾਂ ਦੇ ਵਿੱਚ। ਇੱਥੇ ਮੇਰਾ ਹਾਸਾ ਇਸ ਲਈ ਨਿਕਲ ਆਇਆ ਵਾ ਕਿ ਮੈਨੂੰ ਇੱਕ ਗੱਲ ਯਾਦ ਆ ਗਈ, ਉਹ ਵੀ ਤੁਹਾਡੇ ਨਾਲ ਕੰਟੀਨਿਊ ਕਰਦੀ ਹਾਂ ਹੁਣ ਕਿ ਕਿਹੜੀ ਗੱਲ ਮੈਨੂੰ ਯਾਦ ਆਈ ਆ। ਬਾਕੀ ਹੋਰ ਮੈਂ ਵੀ ਅਲਹਮਦੁਲਿਲਾ, ਅੱਲਾ ਪਾਕ ਦੇ ਰਿਹਾ, ਅੱਲਾ ਪਾਕ ਦੀ ਬੜੀ ਰਹਿਮਤ ਆ, ਕਰਮ ਆ ਕਿ ਆਪ ਗਾਏ ਖੁਸ਼ ਹਾਂ, ਅੱਲਾ ਪਾਕ ਬੁਰੀ ਨਜ਼ਰ ਕੋਲ ਬਚਾਵੇ। ਤੇ ਤੁਸੀਂ ਸੁਣਾਓ ਕੀ ਕਰ ਰਹੇ ਜੀ ਹਾਲ ਚਾਲ? ਅੱਜ ਕੱਲ੍ਹ ਤੁਹਾਡੀ ਵੀ ਫਸਟ ਕਲਾਸ ਜਾ ਰਹੀ ਹੋਣੀ ਆ। ਅੱਲਾ ਪਾਕ ਤੁਹਾਨੂੰ ਐਵੇਂ ਹਮੇਸ਼ਾ ਹੀ ਖੁਸ਼ਬਾਸ਼ ਰੱਖੇ, ਤੁਹਾਡੇ ਸਾਰੇ ਕੰਮ ਅੱਲਾ ਪਾਕ ਆਸਾਨ ਕਰਦਾ ਜਾਵੇ। ਤੇ ਮੇਰੇ ਚੈਨਲ ਤੇ ਨਵੇਂ ਆਉਣ ਵਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ, ਲਾਈਕ ਵੀ ਕਰ ਦਿਆ ਕਰੋ, ਸ਼ੇਅਰ ਵੀ ਕਰ ਦਿਆ ਕਰੋ, ਕਿਉਂਕਿ ਹਰ ਦਫ਼ਾ ਮੈਂ ਐਂਡ 'ਚ ਕਹਿੰਦੀ ਹਾਂ, ਇਸ ਦਫ਼ਾ ਮੈਂ ਕਹਿੰਦੀ, ਮੈਂ ਪਹਿਲੇ ਕਹਿਣਾ ਵਾ ਆਪਣੀ ਯੂਟਿਊਬ ਫੈਮਿਲੀ ਨੂੰ ਕਿ ਕੋਤਾਹੀ ਕਰ ਜਾਂਦੀ ਹੈ ਮੇਰੇ ਨਾਲ, ਡੰਡੀ ਨਹੀਂ ਮਾਰਨੀ ਚਾਹੀਦੀ ਮਾਵਾਂ ਦੇ ਨਾਲ, ਮਾਵਾਂ ਨਾਲ ਬੜੇ ਛੇਤੀ ਕਹਿ ਚੱਲੇ ਜਾਂਦੇ। ਅੱਜ ਮਿਸ਼ਲ ਨੇ ਇੰਨੀ ਜ਼ਿੱਦ ਕੀਤੀ, ਇੰਨਾ ਰੋਈ ਕਿ ਅੰਮੀ ਮੇਰਾ ਯੂਨੀਫਾਰਮ ਲੇਕਰ ਮੈਂ ਨਹੀਂ ਪਹਿਨ ਕੇ ਜਾਣਾ ਕੱਲ੍ਹ ਪੁਰਾਣਾ ਯੂਨੀਫਾਰਮ। ਮੈਂ ਕਿਹਾ ਅੱਛਾ ਚੱਲ ਉੱਠ, ਹਾਲਾਂਕਿ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ, ਤੁਹਾਨੂੰ ਮੇਰੇ ਫੇਸ ਕੋਲ ਪਤਾ ਚੱਲ ਹੀ ਰਿਹਾ ਕਿ ਮੈਂ ਤੁਹਾਡੀ ਆਪੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋਈ ਔਰ ਲਿਪਸ ਪੇ ਆਪਕੇ ਵੋ ਵੀ ਨਿਕਲਾ ਹੋਇਆ, ਉਸਕੋ ਕਿਆ ਕਹਤੇ ਹੈ, ਉਹ ਬੁਖਾਰ ਆਪਣੀ ਨਿਸ਼ਾਨੀ ਜਿਹੜੀ ਛੋੜ ਜਾਂਦਾ ਵਾ। ਤੇ ਫਿਰ ਮੈਂ ਉੱਠੀ ਆ, ਮੈਂ ਕਿਹਾ ਚੱਲ ਬੰਨੇ ਕੋ ਸਭ ਜਾ ਕੇ ਤਾਂ ਯੂਨੀਫਾਰਮ ਲੈ ਕੇ ਆਵਾਂ ਆਪਣੇ ਕੋਲ ਧੀ ਰਾਣੀ ਵਾਸਤੇ, ਫਿਰ ਇਹਦਾ ਨਵਾਂ ਯੂਨੀਫਾਰਮ ਲਿਆ ਮਿਸ਼ਲ ਦਾ। ਇਹ ਮਿਸ਼ਲ ਯਹਾਂ ਪੇ ਖੜੇ ਹੋ ਕੇ ਸਾਰੇ ਵੋ ਸਾਰਾ ਸੈਟਅਪ ਕਰ ਰਹੀ ਹੈ ਬੜੀ। ਇਸਕੇ ਲਈ ਨਿਊ ਯੂਨੀਫਾਰਮ ਆਇਆ ਹੈ, ਨਿਊ ਬੈਗ ਆਇਆ ਹੈ, ਇਸਨੇ ਕਿਹਾ ਜਬ ਤੱਕ ਇਹ ਦੋ ਚੀਜ਼ਾਂ ਨਹੀਂ ਆਏਂਗੀ ਤਬ ਤੱਕ ਮੈਂ ਸਕੂਲ ਨਹੀਂ ਜਾਊਂਗੀ, ਤੋ ਆ ਹੀ ਗਿਆ ਫਾਈਨਲੀ। ਤੋ ਅਬ ਇਹ ਮਿਸ਼ਲ ਸਾਰਾ ਆਪਣਾ ਰੈਡੀ ਕਰ ਲਿਆ ਸੁਬਹ, ਕਿਉਂਕਿ ਸੁਬਹ ਮੰਡੇ ਆ ਪੜਾ, ਤੋ ਇਸਕੋ ਸਕੂਲ ਵੀ ਜਾਣਾ ਹੈ। ਯੂਨੀਫਾਰਮ ਰੈਡੀ ਆਪਣਾ ਪ੍ਰੈਸ ਕਿਆ ਹਮ ਇਸਕੋ ਵਾਂ ਕਹਿਤੇ ਰਹਿ ਗਏ ਕਿ ਵਾਂ ਜਾ ਕੇ ਆਇਰਨ ਸਟੈਂਡ ਪੇ ਜਾ ਕੇ ਖੜੇ ਹੋ ਕੇ ਵਾਂ ਪੇ ਕਰੋ, ਦੂਸਰੇ ਕਮਰੇ ਮੈਂ ਕਹਤੀ ਨਹੀਂ, ਮੁਝੇ ਵਾਂ ਪੇ ਡਰ ਲਗਤਾ ਹੈ ਮਹੀਂ ਪੇ, ਤੋ ਇਸਨੇ ਯਹਾਂ ਪੇ ਜੁਗਾੜ ਕਰਕੇ ਯਹਾਂ ਪੇ ਕਰੀ ਹੈ। ਲੋ ਡਰ ਤੇਰੇ ਕੋਲ ਡਰੂਗਾ, ਭੂਤ ਤੇਰੇ ਸੇ ਡਰੇਗਾ, ਭੂਤ ਇਸੇ ਡਰੇਗਾ, ਭੂਤ ਇਸਕੋ ਦੇਖ ਕੇ ਡਰ ਜਾਏਗਾ, ਅੰਮੀ ਵੋ ਇਸਕੋ ਦੇਖ ਕੇ ਡਰ ਕੇ ਪਾ ਗਿਆ, ਕਹੇਗਾ ਮੁਝੇ ਮਾਫ ਕਰ ਦੇ, ਸਭ ਤੋਂ ਬੜੀ ਚੁੜੇ ਤੂੰ ਆ, ਉਹ ਕਹਿੰਦੀ ਭੂਤ ਆਊਗਾ ਜਿੰਨਾ ਉਹ ਚੁੜੇ ਲਾਊ ਤੇਰੇ, ਹਾਂ ਸਾਡੀ ਸਰਦਾਰ ਇੱਥੇ ਖੜੀ ਆ। ਮਿਸ਼ਰ ਕੋਈ ਸੂਲ ਯੂਨੀਫਾਰਮ ਤੇ ਦਿਖਾ ਦੋ ਭਾਈ, ਉਹਨੇ ਦਿਖਾ ਲਈ ਪੱਟੀ ਸਹੀ ਕਰਾ, ਛੋਟੀ ਵੱਡੀ ਕਰ ਰਹੀ ਹੈ ਹੈ ਧਿਆਨ ਨਾਲ। ਇਹ ਰਹਾ ਮਿਸ਼ਰ ਕਾ ਯੂਨੀਫਾਰਮ, ਔਰ ਆਪਣਾ ਬੈਗ ਵੀ ਦਿਖਾਓ ਭਾਈ, ਬਦਤਮੀਜ਼, ਇਸ ਕਾ ਬੈਗ ਸਹੀ ਤਰ੍ਹਾਂ ਦਿਖਾਓ ਨਾ ਬੇਟਾ, ਅੱਜ ਦੀ ਚੀਜ਼ਾਂ ਬਹੁਤ ਮਹਿੰਗੀਆਂ ਹੈ ਭਾਈ। ਇਹ ਹੈ ਮਿਸ਼ਰ ਕਾ ਬੈਗ, ਮਿਸ਼ਲ ਨੇ ਕਹਾ ਥਾ ਮੁਝੇ ਇਹ ਵਾਲਾ ਬੈਗ ਚਾਹੀਏ, ਮੈਨੇ ਇਸਕੋ ਕਹਾ ਥਾ ਤੂੰ ਬਾਰਬੀ ਵਾਲਾ ਲੈ ਲੈ, ਕਹਤੀ ਹੈ ਮੈਂ ਬੱਚੀ ਨਹੀਂ ਰਹੀ, ਤੋ ਅਭੀ ਵੀ ਤੂੰ ਬੱਚੀ ਹੈ ਬੜੀ, ਸਮਝ ਆ ਗਈ ਨਾ, ਬਦਤਮੀਜ਼। ਭਈਆ ਵਾਲੇ ਦੇ ਬਾਹਰ ਗਏ ਨੇ ਜ਼ਰਾ, ਭਈਆ ਵੀ ਬਾਹਰ ਗਿਆ ਹੈ, ਛੋਟਾ ਭਾਈ ਵੀ ਬਾਹਰ ਗਿਆ ਹੈ, ਨਾਨੋ ਜੋ ਹੈ ਬੜੀ, ਨਾਨੋ ਤੇਰਾ ਕਿਚਨ ਮੇ ਹੈ ਬੜੀ, ਪਤਾ ਨਹੀਂ ਕੀ ਕਰ ਰਹੀ ਹੈ ਬੜੀ, ਜਾ ਕੇ ਦੇਖਤੇ ਹੈ ਬੜੇ, ਨਾਨੋ ਕੋ ਵੀ ਜੁਗਾੜ ਚਲਾਉਂਦੀ ਰਹੀ, ਨਾਨੋ ਪਤਾ ਨਹੀਂ ਕੀ ਕਰ ਰਹੀ ਹੋ, ਯਾ ਮਮਾ ਬੈਠ ਕੇ ਸਾਰੇ ਕੱਪੜੇ ਤਾਏ ਵਗੈਰਾ ਕਰੀ ਥੀ, ਅੱਜ ਮਸ਼ੀਨ ਲਗਾ ਕੇ ਕੱਪੜੇ ਧੋਤੇ ਸੀ, ਮੈਂ ਨਹੀਂ ਧੋਤੇ ਸੀ, ਚਲੋ ਫਿਰ ਇਸਕੋ ਪਹਿਨ ਕੇ ਹਮ ਜਾਏਂਗੇ ਸਕੂਲ, ਫਿਰ ਟੀਚਰ ਦੀ ਕਲਾਸ ਖੈਣ ਕੀ 3 ਹਫ਼ਤੇ ਸੀ, ਕਿਉਂ ਨਹੀਂ, ਕਿਉਂਕਿ ਇਹ ਛੁੱਟੀਆਂ ਕੇ ਬਾਅਦ ਅਬ ਜਾ ਰਹੀ ਹੈ ਸਕੂਲ ਗਾਇਸ, ਛੁੱਟੀਆਂ ਕੇ ਬਾਅਦ ਅਬ ਕੋਈ ਬੱਚਾ ਕਹੇਗਾ, ਪਹਿਲੇ ਵੀ ਗਈ ਨਾ, ਨਹੀਂ ਨਹੀਂ ਪਹਿਲੇ ਨਹੀਂ ਗਈ, ਨਹੀਂ ਮਮਾ ਨਹੀਂ ਗਈ, ਕਹਿੰਦੀ ਸੀ ਮੈਨੇ ਪੁਰਾਣਾ ਯੂਨੀਫਾਰਮ ਪਹਿਨ ਕੇ, ਮੈਨੇ ਸ਼ਕਲ ਹੀ ਨਹੀਂ ਦੇਖੀ ਸਕੂਲ ਦੀ, ਮੈਂ ਚੱਲ ਠੀਕ ਹੈ ਤੂੰ ਪੁਰਾਣਾ ਯੂਨੀਫਾਰਮ ਨਾ ਪਾ ਕੇ ਜਾ, ਮੇਰੇ ਸਕੂਲ ਕੋ ਪੇਂਟ ਹੋਇਆ, ਮੈਂ ਹੁਣ ਟੀਚਰ ਮੁਝੇ ਪੇਂਟ ਕਰੇਗੀ, ਹਾਂ ਇਸਕੋ ਚਾਪਟੀ ਵਾਲਾ ਪੇਂਟ ਕਰੇਗੀ, ਹਾਲੀ ਤੇਰੇ ਦੋ ਕੰਮ ਰਹਿ ਗਏ ਸਕੂਲ ਦੀ ਛੁੱਟੀਆਂ ਦੇ, ਦੋ ਕੰਮ ਰਹਿ ਗਏ, ਕਹਿੰਦੀ ਅੰਮੀ ਕੀ ਕਰਾਂ ਕਿਨੂੰ, ਔਰ ਤੀਸਰਾ ਕੰਮ ਵੀ ਪੂਰਾ ਨਹੀਂ ਹੋਇਆ, ਇਹ ਹੋਤੇ ਵੀ ਹੋਤੇ ਅਨਪੜ ਬੱਚੇ ਜੋ ਜ਼ਬਰਦਸਤੀ ਸੇ ਪੜ੍ਹੇ ਹੋਤੇ ਹੈ, ਫੜਕਾਵਾ ਹੁਣ ਜਿਹਨੂੰ ਫੜਕਾਉਂਗੇ ਸੋਚ ਨਹੀਂ ਕਿਹਨੂੰ ਫੜਕਾਵਾ ਕਿ ਕੌਣ ਚਲਾ ਗਿਆ ਇਸ ਦੁਨੀਆ ਤੋਂ, ਹਾਏ ਹਾਏ ਨਾ ਕੰਮੀਏ,
मैं ये वो बच्चे होते हैं जो पता नहीं अपनी फूफी चाची माई को मार गए, कहते हैं ये मर गई थी, हम इसलिए नहीं आए, किसी को मारने यही है जो गए हुए उनको तीन चार दफा मारेगी। मजाक कर रही है, ये सीरियस ना लेना, पानी ना फेंगे ऊपर, सीरियस ना लेना, सीरियस नहीं, चीटी नहीं खानी किसी ने। नहीं नहीं, ये फिर आंटी नीचे आके कमेंट किया, अल्लाह सब नु सलामत रखे, आमीन आमीन, अल्लाह पाक कायम रखे, क्योंकि इन रिश्ता के बगैर भी जिंदगी नहीं हैगी। ते बस कहते ना ये लोगों वास्ते एक मैसेज हैगा वा कि किसी दे नाल जेलसी फील ना करो, बस अपनी जिंदगी नु अच्छे तरीके नाल जीवो। अगर किसी नाल जेलसी फील करोगे तो तुसी अपना ही नुकसान करोगे। उन्हां वास्ते दुआ कर दो कि अल्लाह पाक इन्हां नु हिदायत दे, इन्हां दे दिलां दे विच साडी मुहब्बत पवे, बस। आज मैंने इसलिए आज मम्मा ने बहुत सारा काम किया, नहीं मम्मा थक गई, बुखार भी था मम्मा को, दोपहर को बुखार भी हो गया था। मैं काम नहीं किया, काम वाली मासी के साथ तो खड़ी होती हूँ ना, खड़ा मुझे इसलिए होना पड़ता है की जरा नुकला शुकरा जो सफाई, क्योंकि जरा पोची शोची अगो पोची लग गई, चुनाव गंदगी, चुना कहते कॉर्नर्स कहते हैं, कॉर्नर्स। मैं पंजाबी है ना मामा, बस पंजाबी वक्री पंजाबी हो आप। हमेशा देख ਹੁਣ ਜੋ ਬੂਟ ਆਪਣੇ ਪਾਲਿਸ਼ ਕਰ ਰਹੀ ਹੈ ਨਾ, ਇਹਨੇ ਜਿਹੜੇ ਇਸਤਰੀ ਦਾ ਸੇ ਕਪੜਾ ਲਿਆ ਵਿਛਾਇਆ, ਇਹ ਬੂਟ ਹੁੰਦੇ, ਇਹ ਜੋਗਰਟਸ ਹੈ ਬੜੇ, ਅੱਜ ਕੱਲ ਕੇ ਬੱਚੇ ਜੋਗਰਟਸ ਪਹਿਨ ਕੇ ਜਾਤੇ ਹੈ, ਬੂਟ ਛੂਟ ਨਹੀਂ, ਵੋ ਹਮਾਰੇ ਜ਼ਮਾਨੇ ਗਏ, ਗਰਮੀਓ ਮੇ ਵੀ ਸੋਕਸ ਸੇ ਪਹਿਨ ਕੇ ਜਾ ਰਹੇ ਹੈ, ਇਤਨੀ ਗਰਮੀ ਕੇ ਨਾ ਸੋਕਸ ਕੌਣ ਪਹਿਨਦਾ ਹੈ ਬੜਾ, ਲੇਕਿਨ ਹਮੇ ਪਹਿਨ ਨਹੀਂ ਵਰਤੀ ਥੀ, ਕਿਉਂਕਿ ਸਕੂਲ ਹੈ ਬੜਾ, ਇੱਕ ਚੀਜ਼ ਖਤਮ ਕਰਕੇ ਉਹਨੂੰ ਚੁੱਕ ਲਿਆ, ਉਹਨੂੰ ਸਮਾਨ ਸਮੇਟ ਲਿਆ, ਹਮ ਕਿਉਂ ਕਰੇ, ਇਧਰ ਆ ਤੂੰ ਬਤਾ ਬੇਟਾ, ਇਹ ਬੂਟ ਪਾਲਿਸ਼ ਵਾਲਾ ਬ੍ਰਸ਼ ਤੇਰੇ ਮੂੰਹ ਵਿੱਚ ਮਾਰ ਦੂੰਗੀ, ਸਮਝ ਆ, ਬਦਤਮੀਜ਼ ਸਬਕ ਨੀ ਯਾਦ ਹੋਗਾ ਇਤਨਾ ਜਲਦੀ, ਕਿਉਂਕਿ ਮੈਨੇ ਚੰਨ ਜਿਗਰ ਹੋ ਗਿਆ, ਨਹੀਂ ਆਤਾ, ਮੈਂ ਹੱਸ ਕੇ ਰਹੀ ਸੀ ਸਲਾਮ ਕਰਨ ਦੇ ਦੌਰਾਨ ਚ, ਤੇ ਮੈਨੂੰ ਹੱਸਣ ਕਹਿੰਦਾ ਮਾਮੀ ਤੁਸੀਂ ਭਲਾ ਕੀ ਕਹਿੰਦੇ ਹੁੰਦੇ ਆਪਣੇ ਘਰਾਂ ਦੇ ਵਿੱਚ, ਮੈਨੂੰ ਬੋਲਦੀ ਇਹ ਗੱਲ ਆਏ, ਮੈਂ ਕਿਹਾ ਮੈਨੂੰ ਭੁਲਾ ਛੱਡੀ ਤੇ ਉਹਨੂੰ ਯਾਦ ਆ ਗਿਆ, ਮੈਂ ਕਿਹਾ ਮੈਂ ਇਹ ਡਾਇਲੋਗ ਬੋਲਦੀ ਸੀ ਹੈ ਨਾ, ਮੈਨੂੰ ਬੜੀ ਅੱਛੀ ਤਰ੍ਹਾਂ ਯਾਦ ਹੋ ਗਏ ਨੇ, ਉਹਨੂੰ ਵੀ ਯਾਦ ਹੋ ਗਏ ਨੇ, ਟੀਚਰ ਕਹਿੰਗੀ ਨਾ तो मिश्र अब आपको खुशी हो रही है कि आपका यूनिफॉर्म नहीं हो और आपका बैग नहीं हो आ गया, खुश हो अब? खुशी हो रही है लेकिन स्कूल नहीं जाना, स्कूल नहीं जाना, बस कर दे अब, तेरा सामान सारा आ गया, तुझे स्कूल जाना पड़ेगा वरना मम्मा और बाबा तुझे फड़काएंगे अच्छी तरह। इतनी तो हमें इजाजत कभी नहीं होती थी बदतमीजी करने की, अच्छा अपनी बारी मजाक, अपनी बारी मजाक हम करे तो हाय 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 हाय, मिशु मम्मा के हॉर्न पे वो निकला हुआ है, मैं इधर दिया, तुझे हो जाएगा पागल, मैं दिखती आ रही उड़िया उड़िया, तो आधा उसकी भी गाल पे निकल आया, तो तो अब मैंने जाना है नहाने, क्योंकि मम्मा ने आज मुझे ऑयल लगाया था सर पे, तब हम फटाफट नहा के आते, फ्रेश होके आते, फिर हम आपको थोड़ी देर में मिलते हैं। सो गाइस, अब हम सुबह उठ गए हैं, सारे नहीं, मिशेल और मैं उठे पड़े हैं, बाकी सारे सो रहे हैं पड़े, और सारे सो रहे हैं पड़े, तो हम फटाफट उठ के सारे रेडी शेडी हो गए हैं, मिशेल का यूनिफॉर्म था, मिशेल स्कूल जाके कैसा लग रहा है? अच्छा लग रहा है। तो यहाँ पे मैं नाश्ता बना रही थी, मैं यहाँ पे नाश्ता बना रही थी, अंडर ब्रेड बना रही थी अपने और मिशु के लिए, क्योंकि मम्मा को हम सुबह सुबह डिस्टर्ब नहीं करते, सॉरी गाइस,
हम सुबह सुबह डिस्टर्ब नहीं करते, फ्राई पैन खिसक जाता है ऐसे हो जाता है बार बार। मम्मा को सुबह सुबह डिस्टर्ब नहीं करते तो हम खुद ही इसलिए सारी चीजें बना लेते हैं। तो अब हम फटाफट नाश्ता वगैरह करते हैं सारा। तो नानू भी उठ गई हैं, यहाँ पे पीछे गए नानू भी उठ गई हैं। तो हम फटाफट नाश्ता वगैरह बनाते हैं, तो फिर हम आप फटाफट नाश्ता करते हैं। मिशेल का हो गया है तैयार नाश्ता, तो अब जाओ मजे से खाओ और फिर चलो भागो स्कूल के लिए। और गाइज यहाँ पे मेरा भी नाश्ता तैयार हो चुका है क्योंकि मैं साथ केचप जरूर रखती हूँ, मिशेल केचप नहीं रखती। बाय बाय मिशेल, जा रही है बड़े स्कूल। बाय बाय। आज बनाई सी दाल कद्दू, तो फिर शाम हो गया चलो चावल चावल बॉयल कर दे। अरे बाबा जानी तबीयत खराब सी, रोटी नहीं खानी सी, तो मैं चलो फिर वो कले चावल खान ते सी ना खाइए हो सकता वो कले बीमार एक बंदा तो खिचड़ी पूरा टब्बर बाकी सुबह बच्चे स्कूल गए सी, इना दा शाम मैं इना दा इंतजाम करके रख दिता सी, मैं सुबह मैं भी स्कूल जा रही क्योंकि मेरी तबीयत ठीक नहीं सी, मैं सुबह नहीं उठी इना नाश्ते वास्ते। फिर इन्हें ब्रेड अंडा मेरा ख्याल बनाया थे, भैन भी बना के दिता, मैं सदके जावा अज पता लगा धी राणी वड्डी हो गई सुख आ गया ना थोड़ा कि अम्मी सुती पई है, अम्मी तंग नहीं करना, तीया का ही सुख होंगे वा कि मामा सुतिया नहीं पईया हूं, तीया उठ के अपना काम शाम कर, छोटे बहन भाइयों को खाना पका के दे, तो खाना तो नहीं था एक नाश्ता ही था। तुझे बदतमीज। तो बस यहीं पे करते हैं ब्लॉग का एंड। अगर आपको मिशेल की चीजें पसंद आई हो और आप इसको कमेंट में जरूर बताइएगा, मिशेल जिद नहीं करते, मिशेल जिद नहीं करते मम्मा के साथ। तो बस यहीं पे करते हैं, उम्मीद है कि तुम्हें मेरा ब्लॉग बड़ा अच्छा लगा होगा, कल मिलूंगी एक कपड़े अच्छे जे ब्लॉग के नाल, तुम्हारा मुलाकात करूंगी, अपनी दुआ में हमेशा याद रखना मम्मा चाचा तैया, ये भी कमेंट करते हैं, मेरी दुआ में हमेशा मेरे नाल है जी, अल्लाह पाक सब दी खैर करे। तो हम तुहाडे कोल इजाजत देवांगी, सब यूट्यूब फैमिली बहुत सारा मेरा प्यार, बहुत सारा मेरा सलाम, अल्लाह हाफिज़।